ਵੋਟਾਂ ਤੋਂ ਪਹਿਲਾਂ ਹੀ ਕਿਹੜੀ ਸੁਰੱਖਿਆ ਵਿਚਾਲਿਆਂ ਨੇ ਵਾਗ ਗੋਲੀਆਂ ਚੱਲੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਗੋਲੀਆਂ ਚਲਾਈਆਂ ਗਈਆਂ ਨੇ। ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮਾਮਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਇਹ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਹੀ ਵਾਰਦਾਤ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਵਰਕਰ ਆਪਣੇ ਸਾਥੀਆਂ ਦੇ ਨਾਲ ਹਵੇਲੀ ਦੇ ਵਿੱਚ ਬੈਠਾ ਹੋਇਆ ਸੀ। ਸੁਖਚਰਨਜੀਤ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਆਪਣੇ ਸਾਥੀਆਂ ਨਾਲ ਹਵੇਲੀ 'ਚ ਬੈਠਾ ਗੱਲਾਂ ਮਾਰ ਰਿਹਾ ਸੀ ਤੇ ਇਸ ਵਿਚਾਲੇ ਦੋ ਬਾਈਕ ਸਵਾਰ ਆਉਂਦੇ ਨੇ ਤੇ ਅੰਨੇ ਵਾਹ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ। ਸੁਖਚਰਨਜੀਤ ਦੀ ਮੌਤ ਹੋ ਜਾਂਦੀ ਹੈ ਜਦਕਿ ਉਸਦੇ ਦੋ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਅੰਨੇ ਵਾਹ ਗੋਲੀਆਂ ਚਲਾਈਆਂ ਗਈਆਂ ਇਸ ਹਵੇਲੀ ਦੇ ਉੱਤੇ ਜਿੱਥੇ ਇਹ ਵਰਕਰ ਬੈਠਾ ਹੋਇਆ ਸੀ ਆਪਣੇ ਸਾਥੀਆਂ ਦੇ ਨਾਲ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਛਾਨਬੀਨ ਕੀਤੀ ਜਾ ਰਹੀ ਹੈ, ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ। ਸੋ ਇੱਥੇ ਵੱਡੀ ਗੱਲ ਹੈ ਕਿ ਵੋਟਾਂ ਤੋਂ ਪਹਿਲਾਂ ਜਿੱਥੇ ਕੜੀ ਸੁਰੱਖਿਆ ਦੱਸੀ ਜਾ ਰਹੀ ਸੀ, ਪੁਖਤਾ ਇੰਤਜ਼ਾਮ, ਕੋਈ ਹਿੰਸਕ ਘਟਨਾ ਨਾ ਹੋਵੇ ਇਸਦਾ ਵੀ ਧਿਆਨ ਰੱਖਿਆ ਜਾ ਰਿਹਾ ਸੀ, ਤਾਂ ਇਹ ਵੱਡੀ ਵਾਰਦਾਤ ਹੈ ਕਿ ਵੋਟਾਂ ਤੋਂ ਕੁਝ ਘੰਟੇ ਪਹਿਲੇ ਹੀ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਤੇ ਕੀਤੀ ਗਈ ਹੈ ਜਿਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਧਰ ਪਰਿਵਾਰ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ ਤੇ ਪੁਲਿਸ ਵੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਪੜਤਾਲ ਕਰ ਰਹੀ ਹੈ। ਮੇਰਾ ਸੁਖਚਰਨਜੀਤ ਨਾਂ ਹੈ ਵੀਰ ਜੀ। ਕਿਹੜਾ ਪਿੰਡ ਹੈ ਜੀ? ਲੱਖੂਵਾਲ ਵੀਰ ਜੀ। ਕੀ ਗੱਲ ਹੋਈ ਵੀਰ ਜੀ? ਬਹੁਤ ਜ਼ਿਆਦਾ ਵੀਰ ਜੀ ਅਰਮਾਨ ਨਾਲ ਆਪਣੇ ਬੈਠੇ ਆ। ਕਿੱਥੇ ਬੈਠੇ ਹੋ? ਹਵੇਲੀ ਵੀ ਦੀਪੂ ਵੀਰ ਦੀ ਤੇ ਹਵੇਲੀ ਬੈਠੇ ਆ। ਬਹੁਤ ਜ਼ਿਆਦਾ ਧੱਕਾ ਛਰੇ ਆ ਮਾਣ ਕੇ ਸਾਡੇ ਗੋਲੀਆਂ ਮਾਰ ਕੇ ਚੱਲ ਪਤਾ ਨਹੀਂ ਲੱਗਾ ਵੀਰ ਜੀ, ਜੇ ਪਤਾ ਹੁੰਦਾ ਤੇ ਕਿੰਨੇ ਜਾਣੇ ਸੀ? ਦੋ ਜਾਣੇ ਆ ਕੇ ਠਾਹ ਠਾਹ ਕਰਕੇ ਗੋਲੀਆਂ ਸਿੱਧੀਆਂ ਮਾਰ ਗਈਆਂ ਵੀਰ ਜੀ। ਇੰਨਾ ਜੇ ਪਤਾ ਹੀ ਨਹੀਂ ਲੱਗਣ ਦੇ ਤਾਂ ਬਹੁਤ ਜ਼ਿਆਦਾ ਧੱਕਾ ਸਾਡੇ ਨਾ ਲੱਖੂਵਾਲ ਚ ਬਹੁਤ ਜ਼ਿਆਦਾ ਧੱਕਾ। ਸਾਡਾ ਭਰਾ ਦੇ ਸਿੱਧੀਆਂ ਗੋਲੀਆਂ ਮਾਰੀਆਂ। ਆ ਵੇਖੋ ਤੁਹਾਡੇ ਸਾਹਮਣੇ, ਆ ਵੇਖੋ ਕੀ ਮੰਗ ਕਰਦੇ ਜੇ? ਇਨਸਾਫ ਹੋਣਾ ਚਾਹੀਦਾ, ਕਦੀ ਇਹੋ ਜਿਹਾ ਕੰਮ ਨਹੀਂ ਹੋਇਆ, ਕਦੀ ਨਹੀਂ ਹੋਇਆ ਇਹੋ ਜਿਹਾ ਕੰਮ। ਅਸੀਂ ਹਵੇਲੀ ਬੈਠੇ ਆਪਣੀ, ਕਿਹਦੀ ਹਵੇਲੀ ਬੈਠੇ? ਦੀਪੂ ਲੱਖੋਵਾਲੀ ਦੇ। ਅੱਛਾ ਜੀ। ਦੋ ਮੁੰਡੇ ਆਏ ਮੋਟਰਸਾਈਕਲ ਦੇ, ਅਸੀਂ ਕਿਹਾ ਚਲ ਮਿਲਣਾ, ਮੂੰਹ ਬੰਨੇ ਆਉਂਦੇ ਫੈਰ ਠਾ 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 ਕਰਦੇ। ਕਿੰਨੇ ਜਣੇ ਆਏ ਸੀ? ਦੋ ਜਣੇ। ਅੱਛਾ ਜੀ। ਹਾਂਜੀ। ਕੀ ਕਦੋਂ ਗੋਲੀਆਂ ਮਾਰੀਆਂ ਉਹਨਾਂ ਨੇ? ਪਿਸਟਲ ਦਾ ਪਤਾ ਨਹੀਂ ਕਿਹੜਾ ਦਾ ਮਰੇ ਨਾ, ਪਿਸਟਲ ਦਾ ਬਰੇ ਪਤਾ ਨਹੀਂ, ਗੋਲੀਆਂ ਮਾਰੀਆਂ ਉਸ ਕੀ ਹਾਲ ਬਣਾ ਗਿਆ ਦਾ। ਕਿੰਨੇ ਕਿੰਨੇ ਜਣੇ ਨੂੰ ਗੋਲੀਆਂ ਲੱਗੀਆਂ? 5-6 ਜਣੇ ਹੋਣੇ। ਅੱਛਾ ਜੀ। 4 ਜਣੇ 5 ਜਣੇ। ਕੀ ਕੰਡੀਸ਼ਨ ਹਣ ਉਹਦੀ? ਪਤਾ ਨਹੀਂ, ਮੇਰੇ ਇਧਰ ਮੈਂ ਬਹੁਤ ਮੜਾ ਆ ਰਿਹਾ, ਗੋਲੀ ਲੱਗੀ ਹੈ ਮੇਰੇ ਹੱਥ, ਲੱਗੀ ਗੋਲੀਆਂ ਪੱਟਾਂ ਦੇ। ਕੀ ਮੰਗ ਕਰਦੇ ਜੀ? ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ, ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਇਹਨਾਂ ਬੰਦਿਆਂ ਨੂੰ। ਸੰਜੀਤ ਸਿੰਘ ਪਿੰਡ ਕਿਹੜਾ ਹੈ? ਪਿੰਡ ਲੱਖੂਵਾਲ। ਕੀ ਗੱਲ ਹੋਈ ਆ? ਸਾਰੇ ਹੈਗੇ ਇਦਾਂ ਹੀ ਬੈਠੇ ਆ, ਪਤਾ ਨਹੀਂ ਤਿੰਨ ਜਾਣੇ ਆਏ ਆ ਭੈਣ ਚੋਣ ਆਣ ਕੇ, ਪਿੱਛੋਂ ਪੈਲੀਆਂ ਦੇ ਠਾਹ ਠਾਹ ਕਰਾ ਦੇ ਭੈਣ ਚੋਣ। ਉਹ ਪਤਾ ਨਹੀਂ ਤਿੰਨ ਜਾਣੇ ਹੀ ਉਹਨਾਂ ਨੇ ਠਾਹ ਠਾਹ ਕਰਾਈ, ਮਾਰ ਕੇ ਗੋਲੀਆਂ ਗਾਂ ਗਏ। ਇੱਥੇ 5 ਜਾਣਿਆਂ ਨੂੰ ਗੋਲੀਆਂ ਲੱਗ ਚੁੱਕੀਆਂ, 4-5 ਜਾਣਿਆਂ। ਮੈਂ ਤੇ ਮਿਹਨਤ ਮਜ਼ਦੂਰੀ ਕਰਦਾ, ਮੈਂ ਤੇ ਵੈਸੇ ਚਲਾ ਗਿਆ। ਬੜੀ ਇਹ ਅਨਫੋਰਚੁਨੇਟ ਇੰਸੀਡੈਂਟ ਆ, ਮਾੜੀ ਘਟਨਾ ਹੋਈ ਆ ਜੀ। ਤੇ ਪਿੰਡ ਦੇ ਵਿੱਚ ਤਕਰੀਬਨ 8:15-8:30 ਦੇ ਕਰੀਬ ਮੋਟਰਸਾਈਕਲ ਤੇ ਲੜਕੇ ਆਏ ਤੇ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ, ਇਹਨਾਂ ਨੂੰ ਗੋਲੀਆਂ ਮਾਰੀਆਂ, ਇਹਨਾਂ ਦੀਪਿੰਦਰ ਦੀ ਡੈਥ ਹੋ ਜਾਂਦੀ ਆ ਤੇ 4 ਹੋਰ ਜ਼ਖਮੀ ਹੁੰਦੇ ਆ ਜੀ। ਉਹਨਾਂ ਜ਼ੇਰੇ ਇਲਾਜ ਆ ਹੋਸਪਿਟਲ 'ਚ। ਅਸੀਂ ਕੇਸ ਹੁਣ ਇਹਦਾ FIR ਰਜਿਸਟਰ ਕਰਕੇ ਰੀਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰਤੀ ਆ, ਛੇਤੀ ਮੁਲਜ਼ਮਾਂ ਨੂੰ ਲੱਭਾਂਗੇ ਵੀ ਔਰ ਉਹਨਾਂ ਦੇ ਕਾਨੂੰਨ ਅਨੁਸਾਰ ਉਹਨਾਂ ਦੇ ਬੰਦੇ ਅੰਜਾਮ ਤੱਕ ਵੀ ਪਹੁੰਚਾਉਣਗੇ। ਕਿੰਨੇ ਮੋਟਰਸਾਈਕਲਾਂ ਤੇ ਆਏ ਸੀ? ਦੋ ਮੋਟਰਸਾਈਕਲ ਸੀ ਜੀ।
ਹਲੇ ਬੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਆ, ਹੁਣ ਬਾਕੀ ਸਾਰਾ ਅਸੀਂ ਡਿਟੇਲ ਕਰਕੇ ਕਰ। ਕਿਹੜੇ ਹਥਿਆਰ ਲੱਗਦੇ ਆ, ਕਿਉਂਕਿ ਜਿਸ ਤਰੀਕੇ ਨਾਲ ਹਥਿਆਰ ਰਿਵਾਲਵਰ ਪਿਸਟਲ ਹੀ ਹੈ ਜੀ ਹੁਣ, ਬਾਕੀ ਅਸੀਂ ਸਾਰਾ ਕਿਉਂਕਿ ਥੋੜ੍ਹੀ ਦੇਰ ਪਹਿਲਾਂ ਦੀ ਗੱਲ ਆ, ਸਾਰਾ ਅਸੀਂ ਇਹਨੂੰ ਇਨਵੈਸਟੀਗੇਟ ਕਰਕੇ ਫਿਰ ਅੱਗੇ ਅਸੀਂ ਲੱਗੇ ਜਾਵਾਂਗੇ। ਠੀਕ, ਥੈਂਕ ਯੂ, ਥੈਂਕ ਯੂ ਜੀ।